ਦੋਸਤੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਇੱਕ ਪੈਰਾ ਜਾਂ ਕਮੈਂਟ ਜਰੂਰ ਕਰ ਦਿਓ ਕਿਉਂਕਿ ਇਸ ਵੀਡੀਓ ਵਿੱਚ ਭਗਤੀ ਮੂਵਮੈਂਟ ਐਂਡ ਸੁਫੀਸਮ ਰਿਗਾਰਡਿੰਗ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਵਿੱਚ ਪੜ ਸਕਦੇ ਨੇ ਆਲ ਕੁਐਸਚਨ ਇਸ ਵਿੱਚ ਕਵਰ ਨੇ ਮਤਲਬ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਜਿਹੜਾ ਵੀ ਐਗਜ਼ਾਮੀਨਰ ਐਗਜ਼ਾਮ ਵਿੱਚ ਕੁਐਸਚਨ ਪੁੱਟ ਕਰ ਸਕਦਾ ਹੈ ਉਹ ਸਾਰੇ ਕੁਐਸਚਨ ਮੈਂ ਇਸ ਵੀਡੀਓ ਵਿੱਚ ਇਨਕਲੂਡ ਕੀਤੇ ਹੋਏ ਨੇ ਸਾਰੇ ਹੀ ਕੁਐਸਚਨ ਕਾਫੀ ਇੰਪੋਰਟੈਂਟ ਨੇ ਇਸ ਦਾ ਘਿਆਨ ਨਾਲ ਦੇਖ ਲਓ ਐਂਡ ਰਾਈਟ ਡਾਊਨ ਜਰੂਰ ਕਰ ਲਓ ਤੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਈ ਹੋਪ ਤੁਸੀਂ ਲਾਈਕ ਵੀਡੀਓ ਨੂੰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿੱਤਾ ਹੋਵੇਗਾ ਤਾਂ ਸਭ ਤੋਂ ਪਹਿਲਾਂ ਆਪਾਂ ਭਗਤੀ ਮੂਵਮੈਂਟ ਦੇ ਇੰਪੋਰਟੈਂਟ ਤੇ ਐਕਸਪੈਕਟਿਡ ਕੁਐਸਚਨ ਨੂੰ ਕਵਰ ਕਰ ਲੈਂਦੇ ਆ ਓਕੇ ਆਪਣੀ ਕਾਪੀ ਪੈਨ ਨੂੰ ਚੱਕ ਲੋ ਤੇ ਨਾਲ ਦੀ ਨਾਲ ਇਸ ਨੂੰ ਰਾਈਟ ਡਾਊਨ ਜ਼ਰੂਰ ਕਰ ਲਓ ਤੇ ਕੁਐਸਚਨ ਨੰਬਰ 1 ਆਪਾਂ ਇੱਥੇ ਦੇਖ ਸਕਦੇ ਆ ਕੁਐਸਚਨ ਨੰਬਰ 1 ਕੀ ਕਹਿੰਦਾ ਨਿਰੰਕਾਰੀ ਲਹਿਰ ਕਦੋਂ ਸ਼ੁਰੂ ਕੀਤੀ ਗਈ ਸੀ ਤਾਂ ਨਿਰੰਕਾਰੀ ਲਹਿਰ ਕਦੋਂ ਸ਼ੁਰੂ ਹੋਈ ਸੀ 1851 ਵਿੱਚ ਇਹ ਕਾਫੀ ਇੰਪੋਰਟੈਂਟ ਡੇਟ ਹੈ ਯਾਦ ਰੱਖਿਓ ਓਕੇ ਇਸੋ ਵਾਰ ਕੁਐਸਚਨ ਨੰਬਰ 2 ਦੀ ਗੱਲ ਕਰੀਂ ਨਿਰੰਕਾਰੀ ਲਹਿਰ ਦੀ ਨੀ ਪੱਥਰ ਕਿਸ ਦੁਆਰਾ ਰੱਖਿਆ ਗਿਆ ਸੀ ਤਾਂ ਬਾਬਾ ਦਿਆਲ ਦਾਸ ਦੁਆਰਾ ਰੱਖਿਆ ਗਿਆ ਸੀ ਯਾਦ ਰੱਖੋ ਇਹ ਵੀ ਨਾਮ ਕਾਫੀ ਇੰਪੋਰਟੈਂਟ ਹੈ ਠੀਕ ਹੈ ਕੁਐਸਚਨ ਨੰਬਰ 3 ਦੀ ਗੱਲ ਕਰੀਂ ਬਾਬਾ ਦਿਆਲ ਦਾਸ ਦਾ ਸਮਕਾਲੀ ਕੌਣ ਸੀ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ ਉਸ ਟਾਈਮ ਬਾਬਾ ਦਿਆਲ ਸਿੰਘ ਦਾਸ ਵੀ ਸੀ ਤਾਂ ਬਾਬਾ ਦਿਆਲ ਸਿੰਘ ਦਾ ਸਮਕਾਲੀ ਕੌਣ ਹੋਇਆ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਕੁਐਸਚਨ ਨੰਬਰ 4 ਦੀ ਗੱਲ ਕਰੀਂ ਨਿਰੰਕਾਰੀ ਲਹਿਰ ਦਾ ਮੁੱਖ ਉਦੇਸ਼ ਕੀ ਸੀ ਨਿਰੰਕਾਰ ਪਰਮਾਤਮਾ ਦੀ ਭਗਤੀ ਮਤਲਬ ਲਗਾਤਾਰ ਪਰਮਾਤਮਾ ਦੀ ਭਗਤੀ ਇਹਨਾਂ ਦਾ ਮੁੱਖ ਉਦੇਸ਼ ਸੀ ਠੀਕ ਹੈ। ਕੁਐਸਚਨ ਨੰਬਰ 5 ਦੀ ਗੱਲ ਕਰੀਏ ਅਨੰਦ ਕਾਰਜ ਕਦੋਂ ਸਰਲ ਕੀਤਾ ਗਿਆ? ਤਾਂ 1909 ਈਸਵੀ ਵਿੱਚ ਅਨੰਦ ਮੈਰਿਜ ਐਕਟ ਦੇ ਥਰੂ ਹੈ ਜਿਹੜਾ ਅਨੰਦ ਕਾਰਜ ਨੂੰ ਸਰਲ ਕਰ ਦਿੱਤਾ ਗਿਆ ਓਕੇ। ਕੁਐਸਚਨ ਨੰਬਰ 6 ਦੀ ਗੱਲ ਕਰੀਏ ਬਾਬਾ ਦਿয়াল ਦਾਸ ਦੀ ਮੌਤ ਕਦੋਂ ਹੋਈ? ਤਾਂ ਬਾਬਾ ਦਿয়াল ਦਾਸ ਦੀ ਮੌਤ ਹੋਈ ਸੀ 30 ਜੂਨ 1855 ਈਸਵੀ ਵਿੱਚ ਬਾਬਾ ਦਿয়াল ਦਾਸ ਦੀ ਮੌਤ ਹੋਈ ਸੀ। ਕਵੈਸਚਨ ਨੰਬਰ 7 ਦੀ ਗੱਲ ਕਰੀ ਬਾਬਾ ਦਿਆਲਦਾਸ ਜੀ ਮੌਤ ਤੋਂ ਬਾਅਦ ਨਿਰੰਕਾਰੀ ਲਹਿਰ ਦੀ ਅਗਵਾਈ ਕਿਸ ਨੇ ਕੀਤੀ ਤਾਂ ਉਹਨਾਂ ਦੇ ਪੁੱਤਰ ਸੀ ਪੁੱਤਰ ਦਰਬਾਰਾ ਸਿੰਘ ਸੀ ਜਿਨ੍ਹਾਂ ਨੇ ਨਿਰੰਕਾਰੀ ਲਹਿਰ ਨੂੰ ਅੱਗੇ ਚਲਾਇਆ ਕਵੈਸਚਨ ਨੰਬਰ 8 ਦੀ ਗੱਲ ਕਰੀ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਨਿਰੰਕਾਰੀ ਲਹਿਰ ਦੀ ਅਗਵਾਈ ਕਿਸ ਨੇ ਕੀਤੀ ਤਾਂ ਭਾਈ ਰਤਨ ਚੰਦ ਨੇ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਜਿਹੜੀ ਨਿਰੰਕਾਰੀ ਦੀ ਵਾਗਡੋਰ ਸੰਭਾਲੀ ਨਿਰੰਕਾਰੀ ਲਹਿਰ ਦੀ ਵਾਗਡੋਰ ਸੰਭਾਲੀ ਸੀ ਕਵੈਸਚਨ ਨੰਬਰ 9 ਦੀ ਗੱਲ ਕਰੀਏ ਪਹਿਲਾ ਨਿਰੰਕਾਰੀ ਦਰਬਾਰ ਕਿੱਥੇ ਬਣਾਇਆ ਗਿਆ ਤਾਂ ਸਭ ਤੋਂ ਪਹਿਲਾਂ ਜਿਹੜਾ ਨਿਰੰਕਾਰੀ ਦਰਬਾਰ ਸੀ ਮਤਲਬ ਸੈਂਟਰ ਸੀ ਜਿਵੇਂ ਕਿ ਆਪਾਂ ਉਹਨੂੰ ਸਰਸੇ ਵਾਲੇ ਬਾਬੇ ਦਾ ਕਹਿੰਦੇ ਨੇ ਸਰਸੇ ਵਿੱਚ مین ਏਰੀਆ ਮਤਲਬ ਗੱਡੇ ਰਹਾ ਉਸੇ ਤਰ੍ਹਾਂ ਨਿਰੰਕਾਰੀ ਲਹਿਰ ਨਾਲ ਸੰਬੰਧਿਤ ਸੀ ਜਿਹੜੇ ਵੀ ਅਨੁਆਈ ਉਹਨਾਂ ਦਾ ਮੁੱਖ ਡੇਰਾ ਕਿੱਥੇ ਸੀ 라ਵਲਪਿੰਡੀ ਪਾਕਿਸਤਾਨ ਵਿਖੇ ਸੀ ਠੀਕ ਹੈ ਕਵੈਸਚਨ ਨੰਬਰ 10 ਦੀ ਗੱਲ ਕਰੀਏ 1947 ਵਿੱਚ ਪੰਜਾਬ ਦੀ ਵੰਡ ਕਰਨ ਕਾਰਨ ਨਿਰੰਕਾਰੀ ਦਰਬਾਰ ਨੂੰ 라ਵਲਪਿੰਡੀ ਤੋਂ ਸ਼ਿਫਟ ਕਰਨਾ ਪਿਆ ਤਾਂ ਸ਼ਿਫਟ ਕਰਕੇ ਉਹ ਕਿੱਥੇ ਗਿਆ ਪਹਿਲਾਂ ਤਾਂ ਉਹ ਅੰਮ੍ਰਿਤਸਰ ਸ਼ਿਫਟ ਹੋ ਗਿਆ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਵਿੱਚ ਇਹਨਾਂ ਦਾ ਜਿਹੜਾ ਮੁੱਖ ਸੈਂਟਰ ਹੈ ਮੁੱਖ ਕੇਂਦਰ ਹੈ ਉੱਥੇ ਇਹ ਸ਼ਿਫਟ ਕਰ ਦਿੱਤਾ ਗਿਆ ਸਵਾਲ ਨੰਬਰ 11 ਦੀ ਗੱਲ ਕਰੀਏ ਨਾਮਤਾਰੀ ਲਹਿਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਨਾਮਤਾਰੀ ਤੇ ਇੱਥੇ ਕਨਫਿਊਜ਼ ਨਾ ਹੋਵੇ ਦੇਖੋ ਉੱਪਰ ਆਪਾਂ ਨਿਰੰਕਾਰੀ ਲਹਿਰ ਦੀ ਗੱਲ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਇੱਕ ਲਹਿਰ ਹੋਰ ਸੀ ਨਾਮਤਾਰੀ ਲਹਿਰ ਇਹ ਦੋਨੇ ਅਲੱਗ-ਅਲੱਗ ਲੈਰਾਂ ਨੇ ਤਾਂ ਕਰਕੇ ਕਨਫਿਊਜ਼ ਨਾ ਹੋਵੇ ਐਗਜ਼ਾਮ ਵਿੱਚ ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਠੀਕ ਹੈ ਤੇ ਨਾਮਧਾਰੀ ਲਹਿਰ ਆ ਗਈ ਹੁਣ ਨਾਮਧਾਰੀ ਲਹਿਰ ਨੂੰ ਆਪਾਂ ਹੋਰ ਕਿਸ-ਕਿਸ ਨਾਮ ਨਾਲ ਜਾਣਦੇ ਆ ਨਾਮਧਾਰੀ ਲਹਿਰ ਨੂੰ ਕੁੱਕਾ ਲਹਿਰ ਕਿਹਾ ਜਾਂਦਾ ਹੈ ਕਿਉਂਕਿ ਨਾਮਧਾਰੀ ਲਹਿਰ ਵਿੱਚ ਕੀ ਹੈ ਪਰਮਾਤਮਾ ਦੀ ਭਗਤੀ ਉੱਚ-ਉੱਚ ਗਾਣ ਗਾ ਕੇ ਉੱਚ-ਉੱਚ ਭਜਨ ਗਾ ਕੇ ਉੱਚ-ਉੱਚ ਕੁੱਕਾ ਮਾਰ ਕੇ ਚਿੱਕਾ ਮਾਰ ਕੇ ਇਸ ਤਰ੍ਹਾਂ ਕੀਤਾ ਜਾਂਦੇ ਤਾਂ ਅੰਗਰ ਕੇ ਇਹਨਾਂ ਦਾ ਨਾਮ ਕੁੱਕਾ ਲਹਿਰ ਪੈ ਗਿਆ ਸੀ ਠੀਕ ਹੈ ਪਛੇ ਨੰਬਰ 12 ਦੀ ਗੱਲ ਕਰੀਏ ਨਾਮਧਾਰੀ ਅੰਦੋਲਨ ਕਿਸ ਨੇ ਬਣਾਇਆ ਸੀ ਤਾਂ ਬਾਬਾ ਬਾਲਕ ਸਿੰਘ ਦੁਆਰਾ ਸਟਾਰਟ ਕੀਤਾ ਗਿਆ ਸੀ ਜਿਹੜਾ ਨਾਮਧਾਰੀ ਅੰਦੋਲਨ ਸੀ ਇਹ 13 April 1857 SP ਵਿੱਚ ਇਹ ਲਹਿਰ ਸਟਾਰਟ ਹੋਈ ਸੀ। ਕੁਐਸਚਨ ਨੰਬਰ 13 ਦੀ ਗੱਲ ਕਰੀਏ ਨਾਮਤਾਰੀ ਲਹਿਰ ਦੇ ਪੈਰੋਕਾਰ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਨੇ ਤੇ ਐਗਜ਼ਾਮ ਵਿੱਚ ਬਹੁਤ ਵਾਰ ਇਹ ਕੁਐਸਚਨ ਬਣਿਆ ਕਾਫੀ ਇੰਪੋਰਟੈਂਟ ਹੈ। ਨਾਮਤਾਰੀ ਦਾ ਯਾਦ ਰੱਖੋ ਨਾਮਤਾਰੀ ਲਹਿਰ ਵਿੱਚ ਕਿਹੜੇ ਪਾਉਂਦੇ ਨੇ? ਚਿੱਟੇ ਰੰਗ ਦੇ ਕੱਪੜੇ ਸਾਰੇ ਹੀ ਜਿਹੜੇ ਨਾਮਤਾਰੀ ਨਾਲ ਸੰਬੰਧਿਤ ਨੇ ਉਹ ਲੋਕ ਸਾਰੇ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਨੇ ਠੀਕ ਹੈ। ਕਵਸਚ ਨੰਬਰ 14 ਦੀ ਗੱਲ ਕਰੀਏ ਨਾਮਧਾਰੀ ਲਹਿਰ ਦੇ ਪ੍ਰਚਾਰ ਦਾ ਮੁੱਖ ਕੇਂਦਰ ਕਿੱਥੇ ਹੈ ਤਾਂ ਇਹ ਲੁਧਿਆਣਾ ਵਿੱਚ ਹੈ। ਕਵਸਚ ਨੰਬਰ 15 ਦੀ ਗੱਲ ਕਰੀਏ ਨਾਮਧਾਰੀ ਲਹਿਰ ਦੇ ਪ੍ਰਚਾਰਕ ਬਾਬਾ ਬਾਲਕ ਸਿੰਘ ਕਿਸ ਪਿੰਡ ਨਾਲ ਸੰਬੰਧਿਤ ਸੀ ਤਾਂ ਇਹ ਪਿੰਡ ਹਜਰੋ ਪੰਜਾਬ ਦੇ ਉੱਤਰ ਪੱਛਮੀ ਖੇਤਰ ਵਿੱਚ ਹੈ ਪਿੰਡ ਹਜਰੋ ਪਿੰਡ ਹਜਰੋ ਨਾਲ ਜਿਹੜਾ ਜੇ ਬਾਬਾ ਬਾਲਕ ਸਿੰਘ ਜੀ ਸੰਬੰਧਿਤ ਸਨ ਠੀਕ ਹੈ। ਕਵਸਚ ਨੰਬਰ 16 ਦੀ ਗੱਲ ਕਰੀਏ ਬਾਬਾ ਬਾਲਕ ਸਿੰਘ ਦੀ ਮੌਤ ਬਾਅਦ ਨਾਮਧਾਰੀ ਲਹਿਰ ਕਿਸ ਨੇ ਸੰਭਾਲੀ ਤਾਂ ਬਾਬਾ ਰਾਮ ਸਿੰਘ ਨੇ ਜਿਹੜੀ ਨਾਮਤਰੀ ਲਹਿਰ ਨੂੰ ਅੱਗੇ ਚਲਾਇਆ ਸੀ ਓਕੇ ਕੁਐਸਚਨ ਨੰਬਰ 17 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਕਿਸ ਦੇ ਰਖਵਾਲੇ ਸਨ ਇਹ ਐਗਜ਼ਾਮ ਵਿੱਚ ਬਹੁਤ ਵਾਰ ਕੁਐਸਚਨ ਰਿਪੀਟ ਹੋ ਚੁੱਕਾ ਹੈ ਤਾਂ ਯਾਦ ਰੱਖਿਓ ਅਬਰ ਰਾਮ ਸਿੰਘ ਦਾ ਗਊਆਂ ਨਾਲ ਬਹੁਤ ਪਿਆਰ ਸੀ ਇਸ ਕਰਕੇ ਗਊਆਂ ਦੇ ਰਖਵਾਲੇ ਮੰਨਿਆ ਜਾਂਦਾ ਹੈ ਬਾਬਾ ਰਾਮ ਸਿੰਘ ਨੂੰ ਕੁਝ ਕੁਐਸਚਨ ਨੰਬਰ 18 ਦੀ ਗੱਲ ਕਰੀਏ ਕੁਝ ਕੁੱਕਿਆਂ ਨੇ ਮਲੇਰ ਕੋਟਲਾ ਦੇ ਕਸਾਈ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਕਰਦੋ ਇਹ ਮਲੇਰ ਕੋਟਲਾ ਵਿੱਚ ਮੋਸਟਲੀ ਕੌਣ ਰਹਿੰਦੇ ਸੀ ਅਹਿਬੀ ਤਸੀਵੀ ਤਾਂ ਮੁਸਲਮਾਨ ਲੋਕ ਰਹਿੰਦੇ ਸੀ ਹੁਣ ਜਿਹੜੇ ਨਾਮਤਾਰੀ ਲੋਕ ਨਾਲ ਜੁੜੇ ਹੋਏ ਸੀ ਕੁਝ ਕੁੱਕੇ ਸੀ ਜਿਹੜੇ ਉਹਨਾਂ ਨੂੰ ਖਬਰ ਮਿਲੀ ਕਿ ਇੱਥੇ ਗਊਆਂ ਨੂੰ ਵੱਢ ਕੇ ਉਸ ਦਾ ਮਾਸ ਵੇਚਿਆ ਜਾਂਦਾ ਹੈ ਤਾਂ ਇਹਨਾਂ ਨੇ ਪਛਾਣ ਕੀਤੀ ਤੇ ਜਿਹੜੇ ਵੀ ਕਸਾਈ ਸੀ ਉਹ ਜਿਹੜੇ ਗਊਆਂ ਦਾ ਮਾਸ ਵੇਚਦੇ ਸੀ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਤੇ ਕਤਲ ਕਰ ਮੇ ਦਿੱਤੇ ਸੀ ਤਾਂ ਮਲੇਰ ਕੋਟਲਾ ਵਿੱਚ ਸੀ ਇਹ ਕਦੋਂ ਬਣੀ ਸੀ 11 ਜਨਵਰੀ 1832 ਵੀ ਵਿੱਚ ਬਣਾਈ ਗਈ ਸੀ ਠੀਕ ਹੈ ਕਵੈਸਚਨ ਨੰਬਰ 19 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਨੂੰ ਕਿਸ ਜੇਲ੍ਹ ਵਿੱਚ ਰੱਖਿਆ ਗਿਆ ਸੀ ਜਦੋਂ ਇਹ ਕੰਡ ਹੋਇਆ ਮਲੇਰ ਕੋਟਰਾ ਦਾ ਤਾਂ ਪ੍ਰਸ਼ਾਸਨ ਨੇ ਜਿਹੜਾ ਬਾਬਾ ਰਾਮ ਸਿੰਘ ਜੀ ਨੂੰ ਚੱਕ ਲਿਆ ਠੀਕ ਹੈ ਤੇ ਕਿਉਂਕਿ ਉਹਨਾਂ ਦੇ ਮਤਲਬ ਅਨਵਾਈਸ ਸੀ ਨਾ ਤੇ ਇਹ ਮੇਨ ਹੈਡ ਸੀ ਬਾਬਾ ਰਾਮ ਸਿੰਘ ਦੇ ਨਾਮ ਤਾਰੀ ਲਹਿਰ ਦਾ ਤਾਂ ਕਰਕੇ ਇਸ ਨੂੰ ਪੁਲਿਸ ਚੱਕ ਲੈਂਦੀ ਹੈ ਤੇ ਇਲਾਹਾਬਾਦ ਦੀ ਜੇਲ੍ਹ ਵਿੱਚ ਰੱਖ ਲੈਂਦੇ ਆ ਹੁਣ ਇਸ ਤੋਂ ਬਾਅਦ ਕੀ ਕਵੈਸਚਨ ਨੰਬਰ 20 ਦੀ ਗੱਲ ਕਰੀਏ ਅੰਗਰੇਜ਼ ਸਰਕਾਰ ਨੇ ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਹੁਣ ਮਾਹੌਲ ਖਰਾਬ ਨਾ ਹੋਵੇ ਤਾਂ ਅੰਗਰੇਜ਼ ਸਰਕਾਰ ਕੀ ਕਰਦੀ ਹੈ ਬਾਬਾ ਰਾਮ ਸਿੰਘ ਨੂੰ ਦੇਸ਼ ਤੋਂ ਬਾਹਰ ਰੰਗੂਨ ਬਰਮਾ ਵਿੱਚ ਭੇਜ ਦਿੰਦੀ ਹੈ ਰੰਗੂਨ ਭੇਜ ਦਿੰਦੀ ਹੈ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 21 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਦੀ ਮੌਤ ਕਦੋਂ ਹੋਈ ਤੇ 29 ਨਵੰਬਰ 1884 ਇਸ ਵਿੱਚ ਬਾਬਾ ਰਾਮ ਸਿੰਘ ਦੀ ਮੌਤ ਹੋਈ ਹੈ ਤੇ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਬਾਬਾ ਰਾਮ ਸਿੰਘ ਦੀ ਮੌਤ ਕਿੱਥੇ ਹੋਈ ਤਾਂ ਯਾਦ ਰੱਖਿਓ ਰੰਗੂਨ ਵਿੱਚ ਹੀ ਇਹਨਾਂ ਦੀ ਡੈਥ ਹੋ ਗਈ ਸੀ ਕਵੈਸਚਨ ਨੰਬਰ 22 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਦੀ ਮੌਤ ਤੋਂ ਬਾਅਦ ਨਾਮਧਾਰੀ ਲਹਿਰ ਨੂੰ ਕਿਸ ਨੇ ਸੰਭਾਲਿਆ ਥਾ ਉਹ ਜ਼ਪਰਾ ਸੀ ਹਰੀ ਸਿੰਘ ਇਸ ਨੇ ਬਾਬਾ ਰਾਮ ਸਿੰਘ ਦੀ ਮੌਤ ਬਾਅਦ ਨਾਮਧਾਰੀ ਲਹਿਰ ਨੂੰ ਅੱਗੇ ਚਲਾਇਆ ਕਵੈਸਚਨ ਨੰਬਰ 23 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਕਿਸ ਦੇਸ਼ ਨਾਲ ਸੰਪਰਕ ਕੀਤਾ ਸੀ ਨੇਪਾਲ ਤੇ ਰੂਸ ਇਹ ਵੀ ਕਾਫੀ ਇੰਪੋਰਟੈਂਟ ਪੁਆਇੰਟ ਹੈ ਯਾਦ ਰੱਖਿਓ ਨੇਪਾਲ ਤੇ ਰੂਸ ਨਾਲ ਬਾਬਾ ਰਾਮ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਜੋ ਕੰਟੈਕਟ ਕੀਤਾ ਸੀ ਓਕੇ ਕਵੈਸਚਨ ਨੰਬਰ 23 ਦੀ ਗੱਲ ਕਰੀਏ ਨਾਮਧਾਰੀ ਹੈ ਡੈਸ਼ ਨਾਮਧਾਰੀਏ ਦੇ ਦੋ ਮੁੱਖ ਕੇਂਦਰ ਨੇ ਲੁਧਿਆਣਾ ਤੇ ਸਿਰਸਾ ਵਿੱਚ ਹੈ ਜਿਹੜੇ ਨਾਮਧਾਰੀਆਂ ਦੇ ਮੁੱਖ ਕੇਂਦਰ ਨੇ ਕਵੈਸਚਨ ਨੰਬਰ 24 ਦੀ ਗੱਲ ਕਰੀਏ ਸਿੰਘ ਸਵਾ ਲਾਇਰ ਦੀ ਸਥਾਪਨਾ ਕਦੋਂ ਹੋਈ ਤਾਂ 1 ਅਕਤੂਬਰ 1873ਵੀਂ ਵਿੱਚ ਹੋਈ ਸੀ ਇਹ ਵੀ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ਼ 뷰 ਨਾਲ ਦੇਖਿਆ ਤਾਂ ਜਰੂਰ ਇਸ ਨੂੰ ਯਾਦ ਕਰ ਲਓ ਠੀਕ ਹੈ ਕਵੈਸਚਨ ਨੰਬਰ 25 ਦੀ ਗੱਲ ਕਰੀਏ ਸਿੰਘ ਸਵਾ ਲਾਇਰ ਦਾ ਪਹਿਲਾ ਮੁਖੀ ਕੌਣ ਸੀ ਤਾਂ ਸਰਦਾਰ ਠਾਕੁਰ ਸਿੰਘ ਸਿੰਧੀ ਵਾਲਿਆ ਸੀ ਜੁੜਾ ਸਿੰਘ ਸਭਾ ਦਾ ਪਹਿਲਾ ਮੁਖੀ ਬਣਿਆ ਸੀ। ਕੁਐਸਚਨ ਨੰਬਰ 26 ਦੀ ਗੱਲ ਕਰੀਏ ਸਿੰਘ ਸਭਾ ਲੈਡਰਸ਼ਿਪ ਸਖਤਰ ਕੌਣ ਸੀ ਤਾਂ ਗਿਆਨੀ ਗੈਂ ਸਿੰਘ ਸੀ। ਓਕੇ। ਕੁਐਸਚਨ ਨੰਬਰ 27 ਦੀ ਗੱਲ ਕਰੀਏ April 1880 ਵਿੱਚ ਅੰਮ੍ਰਿਤਸਰ ਦੀ ਸਿੰਘ ਸਭਾ ਨੂੰ ਕੇਂਦਰੀ ਸੰਸਦ ਬਣਾ ਕੇ ਡੈਸ਼ ਦਾ ਨਾਮ ਦੇ ਦਿੱਤਾ ਗਿਆ। ਦੇਖੋ ਇਹ ਗੱਲ ਥੋੜੀ ਸਮਝਣ ਵਾਲੀ ਹੈ। ਇੱਕ ਤਾਂ ਸੀ ਲਾਹੌਰ ਦੀ ਸਿੰਘ ਸਭਾ ਓਕੇ ਇੱਕ ਸੀ ਅੰਮ੍ਰਿਤਸਰ ਦੀ ਸਿੰਘ ਸਭਾ ਸਿੰਘ ਸਭਾ ਪਹਿਲਾਂ ਇਹ ਦੋਵੇਂ ਅਲੱਗ-ਅਲੱਗ ਕੰਮ ਕਰਦੇ ਸੀ ਬਟ 1880 ਵਿੱਚ ਕੀ ਹੋਇਆ ਇਹ ਇੱਕ ਇੱਕ ਸਿੰਘ ਸਭਾ ਬਣ ਗਈ ਜੁੜ ਮਿਲ ਗਈ ਮਤਲਬ ਕਿ ਇਹ ਇੱਕ ਤੇ 1880 ਵਿੱਚ ਇਸ ਨੂੰ ਕੀ ਨਾਮ ਚੇਂਜ ਕਰਕੇ ਇਸ ਦਾ ਕੀ ਨਾਮ ਰੱਖ ਦਿੱਤਾ ਗਿਆ ਖਾਲਸਾ ਦੀਵਾਨ ਇਸ ਦਾ ਨਾਮ ਰੱਖ ਦਿੱਤਾ ਗਿਆ ਠੀਕ ਹੈ ਯਾਦ ਰੱਖਿਓ ਇਹ ਗੱਲ ਵੀ ਪੁਆਇੰਟ ਨੰਬਰ 28 ਦੀ ਗੱਲ ਕਰੀਏ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਚੀਫ ਖਾਲਸਾ ਦੀਵਾਨ ਦੀ ਸਥਾਪਨਾ 1902 ਇਸ ਵਿੱਚ ਅੰਮ੍ਰਿਤਸਰ ਵਿਖੇ ਹੋਈ ਸੀ ਕਵੈਸਚਨ ਨੰਬਰ 23 ਦੀ ਗੱਲ ਕਰੀਏ ਖਾਲਸਾ ਪ੍ਰਿੰਟ ਪ੍ਰੈਸ ਕਿੱਥੇ ਸਥਾਪਿਤ ਕੀਤੀ ਗਈ ਸੀ ਤਾਂ ਇਹ ਲਾਹੌਰ ਵਿੱਚ ਸੀ ਪ੍ਰਿੰਟਿੰਗ ਪ੍ਰੈਸ ਮਤਲਬ ਇਸ ਪ੍ਰੈਸ ਵਿੱਚ ਇਹ ਅਖਬਾਰ ਕੱਢਦੀ ਸੀ ਜਿਸ ਵਿੱਚ ਸਿੱਖਾਂ ਦੇ ਰਿਗਾਰਡਿੰਗ ਜਿਹੜੇ ਵੀ ਇੰਪੋਰਟੈਂਟ ਗੱਲਾਂ ਉਹ ਲਿਖਿਆ ਹੋਏ ਨੇ ਜਾਂ ਉਹਨਾਂ ਨਾਲ ਕੋਈ ਵੀ ਗੱਲਬਾਤ ਹੁੰਦੀ ਹੈ ਜਾਂ ਕੋਈ ਵੀ ਮੀਟਿੰਗ ਹੁੰਦੀ ਹੈ ਇਸ ਅਖਬਾਰ ਵਿੱਚ ਪ੍ਰਿੰਟ ਕੀਤਾ ਜਾਂਦਾ ਸੀ ਠੀਕ ਹੈ ਕਵੈਸਚਨ ਨੰਬਰ 33 ਦੀ ਗੱਲ ਕਰੀਏ ਸਿੰਘ ਸਵਾਲਾ ਐਟ ਦੀ ਵੰਡ ਕਦੋਂ ਹੋਈ ਸੀ ਤਾਂ 1879 ਇਸ ਵਿੱਚ ਸਿੰਘ ਸਵਦੀ ਬੰਡ ਸਿੰਘ ਸਵਾਲਾਟ ਦੀ ਬੰਡ ਹੋ ਗਈ ਸੀ। ਕੁਐਸਚਨ ਨੰਬਰ 31 ਦੀ ਗੱਲ ਕਰੀ ਖਾਲਸਾ ਟਰੈਕਟਰ ਸੁਸਾਇਟੀ ਦਾ ਮੋਢੀ ਕੌਣ ਸੀ? ਵੀਰ ਸਿੰਘ ਤੇ ਭਾਈ ਕੋਰ ਸਿੰਘ ਇਹ ਦੋ ਦੋ ਜਣੇ ਸੀ ਖਾਲਸਾ ਟਰੈਕਟਰ ਸੁਸਾਇਟੀ ਦੇ ਮੋਢੀ। ਕੁਐਸਚਨ ਨੰਬਰ 32 ਦੀ ਗੱਲ ਕਰੀ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ? ਸਿੰਘ ਸਵਦੇ ਉਦੇਸ਼ਾਂ ਦਾ ਪ੍ਰਚਾਰ ਕਰਨਾ ਹੀ ਜਿਹੜੇ ਚੀਫ ਖਾਲਸਾ ਦੀਵਾਨ ਦਾ ਗਠਨ ਕੀਤਾ ਗਿਆ ਸੀ। ਕਵੈਸਚਨ ਨੰਬਰ 30 ਦੀ ਗੱਲ ਕਰੀ ਅੰਜੂਮਨ ਨੇ ਪੰਜਾਬ ਦੀ ਸਥਾਪਨਾ ਡੈਸ਼ ਵਿੱਚ ਹੋਈ ਸੀ ਤਾਂ ਇਹ ਵੀ ਯਾਦ ਰੱਖੋ ਕਾਫੀ ਇੰਪੋਰਟੈਂਟ ਪੁਆਇੰਟ ਹੈ ਅੰਜੂਮਨ ਨੇ ਪੰਜਾਬ ਦੀ ਸਥਾਪਨਾ 1865 ਈਸਵੀ ਵਿੱਚ ਹੋਈ ਸੀ ਕਵੈਸਚਨ ਨੰਬਰ 35 ਦੀ ਗੱਲ ਕਰੀ ਅੰਜੂਮਨ ਨੇ ਪੰਜਾਬ ਦਾ ਕੰਮ ਕੀ ਸੀ ਇਹ ਬਹੁਤ ਸਾਰੇ ਮਤਤਪਨ ਅੰਗਰੇਜ਼ੀ ਕਿਤਾਬਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਦੀ ਸੀ ਇਹ ਜਿਹੜੀ ਸੋ ਉਹ ਸੀ ਆਪਾਂ ਕਹਿ ਦਿੰਨੇ ਆ ਕਿ ਜਿਹੜੀ ਵੀ ਬਣਾਈ ਹੋਈ ਸੀ ਸੰਗਠਨ ਬਣਾਇਆ ਹੋਇਆ ਸੀ ਜਿਹੜਾ ਵੀ ਹੈ ਨਾ ਇਸ ਦਾ ਮੁੱਖ ਕੰਮ ਕੀ ਸੀ ਜਿਹੜੇ ਵੀ ਇੰਗਲਿਸ਼ ਵਿੱਚ छਪੀ ਹੋਈ ਹੈ ਅਖਬਾਰ ਨੇ ਜਾਂ ਖਤਾਬਾਂ ਨੇ ਉਹਨਾਂ ਦਾ ਸਾਰਾ ਹੀ ਅਨੁਵਾਦ ਪੰਜਾਬੀ ਵਿੱਚ ਕਨਵਰਟ ਕਰਵਾ ਕੇ ਆਮ ਲੋਕਾਂ ਤੱਕ ਮੁਹैया ਕਰਵਾਉਂਦੇ ਸੀ ਠੀਕ ਹੈ ਕੁਸ਼ਣ ਨੰਬਰ 35 ਦੀ ਗੱਲ ਕਰੀਏ ਰਾਧਾ ਸੋਮੀ ਅੰਦੋਲਨ ਦੇ ਹਿੱਸਾ ਆਪਣਾ ਕਦੋਂ ਅਤੇ ਕਿਸ ਨੇ ਕੀਤੀ ਤਾਂ ਸ਼ਿਵਦੇਵਾਲ ਬਾਬਾ ਸ਼ਿਵਦੇਵਾਲ 1861 आगरा ਵਿੱਚ ਹੋਈ ਸੀ ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਾ ਹੈ ਯਾਦ ਰੱਖਿਓ ਰਾਦਾ ਸਵਾਮੀ ਅੰਦੋਲਨ ਦੀ ਸਥਾਪਨਾ ਕਿਸ ਨੇ ਕੀਤੀ ਸ਼ਿਵਦੇਵਾਲ ਨੇ ਕੀਤੀ ਤੇ ਕਦੋਂ ਕੀਤੀ 1861 ਇਸ ਵੀਚ ਇੱਥੇ ਆਗਰਾ ਵਿਖੇ ਹੋਈ ਸੀ ਕੁਐਸਚਨ ਨੰਬਰ 36 ਦੀ ਗੱਲ ਕਰੀਏ ਬਾਬਾ ਸ਼ਿਵਦੇਵਾਲ ਦੀ ਮੌਤ ਤੋਂ ਬਾਅਦ ਰਾਦਾ ਸਵਾਮੀ ਅੰਦੋਲਨ ਦੀ ਵਾਗੜੌਰ ਕਿਸ ਨੇ ਸੰਭਾਲੀ ਤਾਂ ਬਾਬਾ ਜੈਮਲ ਸਿੰਘ ਨੇ ਇਸ ਦੀ ਵਾਗੜੌਰ ਸੰਭਾਲੀ ਸੀ ਕਵੈਸਚਨ ਨੰਬਰ 37 ਦੀ ਗੱਲ ਕਰੀ ਰਾਧਾ ਸੁਆਮੀ ਅੰਦੋਲਨ ਦਾ ਉਦੇਸ਼ ਕੀ ਸੀ ਆਤਮਾ ਦਾ ਮਾਲਕ ਮਤਲਬ ਕਿ ਇਹ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦੀ ਭਗਤੀ ਤੇ ਜ਼ੋਰ ਦਿੰਦੇ ਸੀ ਕਵੈਸਚਨ ਨੰਬਰ 38 ਦੀ ਗੱਲ ਕਰੀ ਰਾਧਾ ਸੁਆਮੀ ਨਾਲ ਜੁੜੇ ਲੋਕ ਡੈਸ਼ ਨੂੰ ਮੰਨਦੇ ਸੂਤ ਸ਼ਬਦ ਯੋਗਾ ਨੂੰ ਮੰਨਦੇ ਸੀ ਇਹ ਯਾਦ ਰੱਖਿਓ ਓਕੇ ਦੋਸਤੋ ਹੁਣ ਆਪਾਂ ਕੁਝ ਕੁਐਸਚਨ ਸੂਫੀਜ਼ਮ ਦੇ ਰਿਗਾਰਡਿੰਗ ਕਰ ਲੈਨੇ ਆ ਸਭ ਤੋਂ ਪਹਿਲਾ ਕੁਐਸਚਨ ਕੀ ਕਹਿੰਦਾ ਹੈ ਸੂਫੀ ਸ਼ਬਦ ਕਿੱਥੋਂ ਆਇਆ ਸੂਫੀ ਜਿਹੜਾ ਸੂਫ ਤੋਂ ਬਣਿਆ ਜਿਸਦਾ ਮਤਲਬ ਕੀ ਹੁੰਦਾ ਊਨ ਜਿਹੜੇ 19 ਕੱਪੜੇ ਪੁੰਨਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੂਫੀਜ਼ਮ ਜਾਂ ਸੂਫੀ ਕਿਹਾ ਜਾਂਦਾ ਠੀਕ ਹੈ ਕੁਐਸਚਨ ਨੰਬਰ 2 ਦੀ ਗੱਲ ਕਰੀਏ ਸੂਫੀ ਪੰਦਿ ਦੀ ਸਥਾਪਨਾ ਕਿਸ ਧਰਮ ਨਾਲ ਸੰਬੰਧਿਤ ਹੈ ਇਹ ਮੁਸਲਮਾਨ ਧਰਮ ਤੋਂ ਸਟਾਰਟ ਹੋਇਆ ਸੂਫੀ ਪੰਥ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਉਹ ਸੂਫੀ ਸੰਤ ਕੋਣ ਨੇ ਕੋਣ ਸੀ ਜੋ ਮੰਨਦਾ ਸੀ ਕਿ ਭਗਤੀ ਸੰਗੀਤ ਰੱਬ ਤੱਕ ਪਹੁੰਚਣ ਦਾ ਰਸਤਾ ਹੈ ਤਾਂ ਜਿਹੜਾ ਕਿ ਮਤਲਬ ਕਿ ਪ੍ਰਮਾਤਮਾ ਨੂੰ ਸੰਗੀਤ ਦੇ ਦੁਆਰਾ ਜਿਹੜਾ ਮਤਲਬ ਕਿ ਮਨਾਉਣਾ ਚਾਹੁੰਦਾ ਸੀ ਹੈ ਨਾ ਖੁਸ਼ ਕਰਨਾ ਚਾਹੁੰਦਾ ਸੀ ਉਹ ਭਗਤ ਉਹ ਸੰਤ ਕੌਣ ਸੀ ਉਹ ਮੋਇਨੂਦਦਿਨ ਚਿਸ਼ਤੀ ਉਸ ਦਾ ਨਾਮ ਸੀ ਠੀਕ ਹੈ ਕੁਐਸਚਨ ਨੰਬਰ 4 ਦੀ ਗੱਲ ਕਰੀਏ ਭਾਰਤ ਵਿੱਚ ਚਿਸ਼ਤੀ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਮੋਇਨੂਦਦਿਨ ਚਿਸ਼ਤੀ ਨੇ ਹੀ ਕੀਤੀ ਸੀ ਓਕੇ ਇਹ ਵੀ ਯਾਦ ਰੱਖੋ ਕਾਫੀ ਇੰਪੋਰਟੈਂਟ ਹੈ ਕੁਐਸਚਨ ਨੰਬਰ 25 ਦੀ ਗੱਲ ਕਰੀਏ ਚਿਸ਼ਤੀ ਸੰਪਰਦਾ ਦਾ ਮੁੱਖ ਕੇਂਦਰ ਕਿੱਥੇ ਸੀ ਤਾਂ ਭਾਰਤ ਅਜਮੇਰ ਵਿੱਚ ਸੀ ਰਾਜਸਥਾਨ ਵਿੱਚ ਕਵੈਸਚਨ ਨੰਬਰ 36 ਦੀ ਗੱਲ ਕਰੀਏ ਹਿੰਦੀ ਖੜੀ ਬੋਲੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਵੀ ਯਾਦ ਰੱਖਿਓ ਅਮੀਰ ਖੁਸਰੋ ਨੂੰ ਕਿਹਾ ਜਾਂਦਾ ਹੈ ਕਵੈਸਚਨ ਨੰਬਰ 27 ਦੀ ਗੱਲ ਕਰੀਏ ਇਸਲਾਮੀ ਰਹਿਸਵਾਦੀ ਲਹਿਰ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਇਸ ਨੂੰ ਸੂਫੀ ਲਹਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਸਚ ਨੰਬਰ 8 ਦੀ ਗੱਲ ਕਰੀਏ ਭਾਰਤ ਵਿੱਚ ਕਿਸ ਸੂਫੀ ਸੰਪਰਦਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਸੀ ਤਾਂ ਚਿਸਤੀ ਸੰਪਰਦਾ ਨੂੰ ਹੀ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਹੋਈ ਕਵੈਸਚਨ ਨੰਬਰ 9 ਦੀ ਗੱਲ ਕਰੇ ਇਹ ਫਿਰਦौसी ਸੰਪਰਦਾ ਦਾ ਪਹਿਲਾ ਸੂਫੀ ਸੰਤ ਕੌਣ ਸੀ ਤਾਂ ਸਰਫੁਦਿਨ ਯਹੀਆ ਸੀ ਜੋ ਪਹਿਲਾ ਸੂਫੀ ਸੰਤ ਸੀ ਫਿਰਦौसी ਸੰਪਰਦਾ ਦਾ ਕਵੈਸਚਨ ਨੰਬਰ 10 ਦੀ ਗੱਲ ਕਰੀਏ ਦਾਰਾਸ਼ ਕੋ ਨੇ ਕਿਹੜਾ ਸੂਫੀ ਪੰਥ ਅਪਣਾਇਆ ਸੀ ਤਾਂ ਕਲਰੀ ਸੰਪਰਦਾ ਅਪਣਾਇਆ ਸੀ ਦਾਰਾਸ਼ ਕੋ ਨੇ ਕਵੈਸਚਨ ਨੰਬਰ 11 ਦੀ ਗੱਲ ਕਰੀਏ ਕਿਸ ਸੰਪਰਦਾ ਦੇ ਕਿਹੜੇ ਸੂਫੀ ਨੂੰ ਚਿਰਾਗ ਦਿੱਲੀ ਜਾਂ ਦਿੱਲੀ ਦਾ ਦੀਵਾ ਕਿਹਾ ਜਾਂਦਾ ਸੀ ਸ਼ੇਖ ਨਸ਼ਰਉद्दीन ਨੂੰ ਦਿੱਲੀ ਦਾ ਚਿਰਾਗ ਜਾਂ ਦਿੱਲੀ ਦਾ ਦੀਵਾ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਕੁਐਸਚਨ ਨੰਬਰ 12 ਦੀ ਗੱਲ ਕਰੀ ਕਿਸ ਸੁਲਤਾਨ ਨੂੰ ਨizamuddin auliyya ਦੁਆਰਾ ਪੇਸ਼ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ? ਜਲਾਲਉਦੀਨ ਫਿਰੋਜ਼ ਖਿਲਜੀ ਨੂੰ ਨizamuddin auliyya ਦੁਆਰਾ ਪੇਸ਼ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪ੍ਰਸ਼ਨ ਨੰਬਰ 13 ਦੀ ਗੱਲ ਕਰੀ ਦਾਰਾਸ਼ ਕੋ ਨੇ ਉਪਨਿਸ਼ਦਾਂ ਦਾ ਫਾਰਸੀ ਵਿੱਚ ਅਨੁਵਾਦ ਇਸ ਸਿਰਲੇਖ ਦੇ ਹਿਟਾ ਕੀਤਾ ਸੀ ਤਾਂ ਸਿਰ ਇਹ ਅਕਬਰ ਦੇ ਸਿਰਲੇਖ ਹਿਟਾ ਉਪਨਿਸ਼ਿਦਾਂ ਨੂੰ ਫਾਰਸੀ ਵਿੱਚ ਕਨਵਰਟ ਕੀਤਾ ਸੀ ਠੀਕ ਹੈ ਕੁਐਸਚਨ ਨੰਬਰ 14 ਦੀ ਗੱਲ ਕਰੀਏ ਸੂਫੀਆ ਕਲਾਮ ਜੋ ਕਿ ਭਗਤੀ ਸੰਗੀਤ ਦੀ ਇੱਕ ਕਿਸਮ ਹੈ ਇਸ ਦੀ ਵਿਸ਼ੇਸ਼ਤਾ ਕੀ ਹੈ ਇਹ ਕਲਾਮ ਹੈ ਜਿਹੜੇ ਸੂਫੀਆ ਕਲਾਮ ਹੈ ਕਸ਼ਮੀਰ ਦੀ ਜਿਹੜੀ ਲੋਕ ਕਲਾ ਵਿੱਚੋਂ ਇੱਕ ਹੈ ਠੀਕ ਹੈ ਕਵੈਸਚਨ ਨੰਬਰ 15 ਦੀ ਗੱਲ ਕਰੀਏ ਸੂਫੀ ਸੰਤ ਖਵਾਜਾ ਮੋਯੂਦਿਨ ਚਿਸਤੀ ਕਿਸ ਰਾਜ ਦੇ ਦੌਰਾਨ ਕਿਸ ਦੇ ਰਾਜ ਦੇ ਦੌਰਾਨ ਰਾਜਸਥਾਨ ਵਿੱਚ ਆਇਸੀਦਾ ਉਸ ਟਾਈਮ ਰਾਜਸਥਾਨ ਵਿੱਚ ਕਿਸ ਦਾ ਰਾਜ ਸੀ ਪ੍ਰਥਵੀ ਰਾਜ ਚੋਹਾਨ ਦਾ ਰਾਜ ਸੀ ਕਵੈਸਚਨ ਨੰਬਰ 16 ਦੀ ਗੱਲ ਕਰੀਏ ਪ੍ਰਸਿੱਧ ਸੂਫੀ ਸਲੀਮ ਚਿਸਤੀ ਡੈਸ਼ ਵਿੱਚ ਰਹਿੰਦੇ ਸੀ ਤਾਂ ਫਤਿਹਪੁਰ ਸਿਕਰੀ ਵਿੱਚ ਇਹੇ ਰਹਿੰਦੇ ਸਨ ਕਵੈਸਚਨ ਨੰਬਰ 17 ਦੀ ਗੱਲ ਕਰੀਏ ਮਤਕਲੀ ਸੂਫੀ ਵਿੱਚ ਕੌਣ ਸਭ ਤੋਂ ਅਮੀਰ ਸੀ ਤੇ ਸੇਕ ਬਹੁਦਿੰਨ ਜਤਰੀਆਂ ਸੀ ਜੋ ਸੂਫੀ ਸੀ ਤੇ ਉਸ ਕੋਲੇ ਪੈਸਾ ਵੀ ਬਹੁਤ ਸੀ ਠੀਕ ਹੈ ਕਿਉਂਕਿ ਜਿਹੜੇ ਚਿਸਤੀ ਸੰਪਰਦਾਇ ਦੇ ਫਕੀਰ ਸੀ ਜਾਂ ਸੂਫੀ ਲੋਕ ਸਨ ਉਹ ਪੈਸੇ ਇਕੱਠਾ ਕਰਨ ਵਿੱਚ ਬਲੀਵ ਨਹੀਂ ਕਰਦੇ ਸੀ ਤੇ ਜਿਹੜੇ ਉਸ ਤੋਂ ਬਾਅਦ ਆਏ ਨੇ ਜਿਹੜੇ ਵੀ ਸੂਫੀ ਸਨ ਉਹ ਪੈਸਾ ਇਕੱਠਾ ਕਰਨ ਵਿੱਚ ਮਤਲਬ ਕਿ ਯਕੀਨ ਰੱਖਦੇ ਸੀ ਕਿ ਪੈਸਾ ਹੋਣਾ ਚਾਹੀਦਾ ਹੈ ਫਿਰ ਵੀ ਪਰਮਾਤਮਾ ਦੀਪਕਤੀ ਅੱਗੇ ਵਧਾਈ ਜਾ ਸਕਦੀ ਹੈ ਜਾਂ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਹੈ ਉਹ क्वेश्चन नंबर अठारह की गल करिए किस सूफी बख्तियार काकी ज खुशकिस्मत रोटियां वाला कहा जाता है बख्तियार काकी मतलब इसका की, इस की होंगे मतलब खुशकिस्मत रोटियां वाला ओके okay? तो किस सूफी संत को कहा जाता से ख्वाजा कुतुबुद्दीन कहा जाता क्योंकि इसके दरते कोई भी ज्यादा सब भुखा वापिस नहीं आता नंबर उन्नीस की गल करिए किस सूफी संत को सुल्तान ए तरकीन यानी संसा सुल्तान खिताब मिले से हमीदुन ناਗੋਰੀ ਨੂੰ ਇਹ ਡੇੜਾ ਸੰਿਆਸੀਆਂ ਦਾ ਸੁਲਤਾਨ ਦਾ ਖਿਤਾਬ حاصل ਹੋਇਆ ਸੀ। ਕੁਐਸਚਨ ਨੰਬਰ 20 ਦੀ ਗੱਲ ਕਰੀਏ ਕਾਵਿਕ ਚਿੱਤਰ ਵਜੋਂ ਉਰਦੂ ਦੀ ਵਰਤੋਂ ਕਰਨ ਵਾਲੇ ਪਹਿਲੇ ਲੇਖਕ ਕੌਣ ਸੀ ਤਾਂ ਅਮੀਰ ਖੁਸਰੋ ਸੀ। ਯਾਦ ਰੱਖੋ ਇਹ ਕਾਫੀ ਇੰਪੋਰਟੈਂਟ ਨਾਮ ਹੈ ਤੇ ਐਗਜ਼ਾਮ ਵਿੱਚ ਵੀ ਬਣ ਸਕਦਾ ਇਸ ਤਰ੍ਹਾਂ ਦਾ ਕੁਐਸਚਨ ਇਸ ਦੇ ਨਾਮ ਦੇ ਰਿਗਾਰਡਿੰਗ। ਕੁਐਸਚਨ ਨੰਬਰ 21 ਦੀ ਗੱਲ ਕਰੀਏ ਕਿਸ ਸੂਫੀ ਨੂੰ ਮਹਿਬੂਬ ਇਲਾਹੀ ਜਾਂ ਅੱਲਾ ਦਾ ਪਿਆਰਾ ਕਿਹਾ ਜਾਂਦਾ ਤਾਂ ਸਹੀ ਕਿ ਨizamuddin Auliya ਨੂੰ ਕਿਹਾ ਜਾਂਦਾ ਠੀਕ ਹੈ। ਕਵਸਚ ਨੰਬਰ 22 ਦੀ ਗੱਲ ਕਰੀਏ ਡੈਸ਼ ਸੂਫੀ ਸੰਤ ਨੇ ਕਿਹਾ ਸੀ ਕਿ ਅਨੋਜ ਦਿੱਲੀ ਦੂਰ ਅਸਤ ਪਵਦ ਦਿੱਲੀ ਹੁਣ ਦੂਰ ਹੈ ਇਹ ਲਾਈਨ ਕਹੀ ਸੀ ਕਿਸੇ ਨੇ ਕਿਸ ਕਿਸ ਸੰਤ ਨੇ ਗੀ ਇਸੇ ਕਿ ਨizamuddin اولیہ ਨੇ ਇਹ ਲਾਈਨ ਕਹੀ ਸੀ ਓਕੇ ਕਵਸਚ ਨੰਬਰ 23 ਦੀ ਗੱਲ ਕਰੀਏ ਦੱਖਣੀ ਭਾਰਤ ਵਿੱਚ ਚਿਸਤੀ ਦੀ ਨੀਰ ਰੱਖਣ ਵਾਲਾ ਪਹਿਲਾ ਵਿਅਕਤੀ ਕੌਣ ਸੀ ਦੱਖਣੀ ਭਾਰਤ ਵਿੱਚ ਚਿਸਤੀ ਸੰਪੰਥ ਦੀ ਨੀਰ ਰੱਖਣ ਵਾਲਾ ਕੌਣ ਸੀ ਸੇਕ ਬਰਾਹੂ ਨੂੰ ਦਿਨ ਗਰੀਬ ਇਹ ਨਾਮ ਯਾਦ ਰੱਖਿਓ ਤਾਂ ਕੁਐਸਚਨ ਨੰਬਰ 24 ਦੀ ਗੱਲ ਕਰੀਏ ਅਕਬਰ ਡੈਸ਼ ਸੂਫੀ ਸੰਤ ਦੀ ਬਹੁਤ ਇੱਜ਼ਤ ਕਰਦੇ ਸੀ ਉੱਥੇ ਆਸ਼ੀਰਵਾਦ ਨਾਲ ਸਹਿਜਾ ਦਾ ਸਲੀਮ ਜਹਾਂਗੀਰ ਦਾ ਜਨਮ ਹੋਇਆ ਸੀ ਤਾਂ ਕਿਹੜੇ ਨੂੰ ਕਰਦਾ ਸੀ ਅਕਬਰ ਸੇਖ ਸਲੀਮ ਚਿਸ਼ਤੀ ਦੀ ਕਾਫੀ ਰਿਸਪੈਕਟ ਕਰਦਾ ਸੀ ਜਿਹੜੇ ਵਿੱਚ ਇਸਤੀ ਚਿਸ਼ਤੀ ਪੰਥ ਨਾਲ ਜੁੜੇ ਹੋ ਸੀ ਮਤਲਬ ਕਿ ਉਹਨਾਂ ਦੀ ਕਾਫੀ ਇੱਜ਼ਤ ਕਰਦਾ ਸੀ ਠੀਕ ਹੈ ਕੁਐਸਚਨ ਨੰਬਰ 25 ਦੀ ਗੱਲ ਕਰੀਏ ਦਿੱਲੀ ਸਲਤਨਤ ਦੇ ਸੁਲਤਾਨ ਇਲਤੂਤ ਮੁਸ਼ ਨੇ ਸੇਖ ਉਲ ਇਸਲਾਮ ਦਾ ਖਿਤਾਬ ਕਿਸ ਨੂੰ ਦਿੱਤਾ ਸੀ ਤਾਂ ਸੇਖ ਬਹਾਉਦੀਨ ਜਕਮੀਆਂ ਨੂੰ ਸੇਖ ਉਲ ਇਸਲਾਮ ਦਾ ਖਿਤਾਬ ਦਿੱਤਾ ਸੀ ਕੁਐਸਚਨ ਨੰਬਰ 26 ਦੀ ਗੱਲ ਕਰੀਏ ਸੇਖ ਉਲ ਹਿੰਦ ਦੀ ਉਪਾਧੀ ਕਿਸ ਨੂੰ ਦਿੱਤੀ ਗਈ ਤਾਂ ਸੇਖ ਸਲੀਮ ਚਿਸ਼ਤੀ ਨੂੰ ਇਹ ਉਪਾਧੀ ਦਿੱਤੀ ਗਈ